ਲਾਰਡ ਸੋਰੀ ਐਮਸੀ ਦੀ ਐਮਸੀ ਦੀ ਜਿਵੇਂ ਕੋਲ ਜੀ ਆਪਾਂ ਦੇਖ ਰਹੇ ਹੈਗੇ ਆ ਬਿਬਲੀਕਲੀ ਬਾਈਬਲ ਦੇ ਮੁਤਾਬਕ ਗਿਣ ਤੇ ਹਿੰਸੀਆਂ ਜੀ ਨੰਬਰਸ ਦਾ ਕੀ ਮਤਲਬ ਹੈਗਾ ਹਾਂਜੀ ਤੇ ਹੁਣ ਆਪਾਂ 11 ਨੰਬਰ ਕਰਨਾ ਜੀ ਉਹ 11 ਨੰਬਰ ਹਾਂਜੀ ਠੀਕ ਹੈ ਜੀ ਸੋ 11 ਨੰਬਰ ਜਿਹੜਾ ਹੈ ਨਾ ਇਹਨੂੰ ਆਪਾਂ ਕਹਿੰਦੇ ਹਾਂ ਡਿਸਆਰਡਰ ਡਿਸਆਰਡਰ ਹਾਂ ਡਿਸਆਰਡਰ ਅੱਛਾ ਯਾਨੀ ਕਿ ਇਹ ਉਹਦਾ ਬੇਤਰਤੀਬੀ ਬੇਤਰਤੀਬੀ ਹਾਂ ਯਾਨੀ ਕਿ ਜਿਹੜਾ ਨੀ ਇਮਪਰਫੈਕਸ਼ਨ ਹੁੰਦਾ ਲਫ਼ਜ਼ ਅੰਗਰੇਜ਼ੀ 'ਚ ਹੈ ਨਾ ਅਤੇ ਦੇਖੋ ਨਾ ਉਹ ਯਹੂਦਾ ਸਕਰੂਤੀ ਦੇ ਮਰਨ ਤੋਂ ਬਾਅਦ 11 ਚੇਲੇ ਰਹਿ ਗਏ ਹੈ ਨਾ ਅਤੇ ਫਿਰ ਇਹ ਟੀਮ ਜਿਹੜੀ ਸੀ ਇਹ ਨਾ ਮੁਕੰਮਲ ਸੀਗੀ ਕਿਉਂਕਿ ਯਸੂ ਨੇ ਦਵਾ ਲੇਕਿਨ ਫਿਰ ਚੇਲਿਆਂ ਦੇ ਕਰਤੱਵ 1:23-26 ਦੇ ਵਿੱਚ ਇਹ ਜਦੋਂ ਇਕੱਠੇ ਹੋਏ ਚੇਲੇ ਹੈ ਨਾ ਅਤੇ ਜਦੋਂ ਇਹ ਫਿਰ ਕੋਰਮ ਪੂਰਾ ਕਰਾਇਆ ਗਿਆ ਅਤੇ ਉਹ ਹੀ ਪਵਿੱਤਰ ਆਤਮਾ ਦੀ ਗਾਈਡੈਂਸ ਦੀ ਗੱਲ ਹੈ ਅਤੇ ਫਿਰ ਉੱਥੇ 2 ਲੋਕ ਨਾਂ ਆਏ ਅਤੇ ਉਹਨਾਂ ਫਿਰ ਟਾਸ ਕੀਤੀ ਕੋਰਾ ਪਾਇਆ ਸੋ ਇਹ ਪੜ੍ਹਦੇ ਹੋ ਚੇਲਿਆਂ ਦੇ ਕਰਤੱਵ 1:23-26 ਹੈ ਨਾ 1:23-26 ਯਾਨੀ ਐਕਟਸ ਜਾਂ ਅਮਾਲ ਚੇਲਿਆਂ ਦੇ ਕਰਤੱਵ 1:23-26 ਦੇ ਵਿੱਚ ਹੁਣ 11 ਹੀ ਸਨ ਹੈ ਨਾ ਅਤੇ ਹੁਣ ਜਾ ਕੇ ਤਾਂ ਉਹ ਪੂਰੇ ਹੋਏ ਨੇ ਠੀਕ ਹੈ ਹਾਂਜੀ ਆਪਾਂ ਪੜ੍ਹ ਦਿੰਦੇ ਹਾਂ ਜੀ ਉੱਪਰੋਂ ਵੀ ਸ਼ੁਰੂ ਕਰ ਥੋੜ੍ਹਾ ਦੇਖ ਸਕਦੇ ਜੀ ਉੱਥੋਂ ਕਰ ਲਓ ਵੈਸੇ ਤਾਂ ਮਤਲਬ ਕੀ ਹੈਗਾ ਅਤੇ ਆਪਾਂ ਪੜ੍ਹ ਦਿੰਦੇ ਹਾਂ ਜੀ 19 ਕਿਉਂਕਿ ਹਾਂ 20 ਤੋਂ ਪੜ੍ਹਦੇ ਨੇ ਹਾਂਜੀ 20 ਤੋਂ ਪੜ੍ਹ ਦਿਓ ਹਾਂਜੀ ਉਹਦੇ 'ਚ ਲਿਖਿਆ ਚੇਲਿਆਂ ਦੇ ਕਰਤੱਵ 1:20 ਕਿਉਂਕਿ ਜ਼ਬੂਰ ਦੀ ਪੁਸਤਕ ਵਿੱਚ ਲਿਖਿਆ ਹੈ ਕਿ ਉਹਨਾਂ ਦਾ ਘਰ ਉਜਾੜ ਜਾਵੇ ਇਹ ਯਹੂਦਾ ਸਕਰੂਤੀ ਲਈ ਲਿਖਿਆ ਸੀ ਜਿਹਦਾ ਕਿ ਉਹਦੇ ਹਾਂਜੀ ਜਿਹੜੇ ਉਹਨੇ ਯਿਸੂ ਨੂੰ ਫੜਵਾਇਆ ਕਿਤੇ ਪਵਿੱਤਰ ਆਤਮਾ ਦੇ ਹਾਂਜੀ ਉਹਦੇ ਵਿੱਚ ਕੋਈ ਵਸਣ ਵਾਲਾ ਨਾ ਹੋਵੇ ਅਤੇ ਇਹ ਕਿ ਉਹਦਾ ਖੁਦਾ ਕੋਈ ਹੋਰ ਲਵੇ ਹਾਂਜੀ ਉਹਦਾ ਕੋਈ ਹੋਰ ਲਵੇ ਹਾਂਜੀ ਪਰੰਤੂ ਉਹਨਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਸੰਗ ਰਹੇ ਜਾਂ ਪ੍ਰਭੂ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ ਹਾਂਜੀ ਯੂਹੰਨਾ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੀਕਰ ਕਿ ਉਹ ਸਾਡੇ ਕੋਲੋਂ ਉਹਦਾ ਉਠਾਇਆ ਗਿਆ ਚਾਹੀਦਾ ਹੈ ਹਾਂਜੀ ਉਠਾਇਆ ਅਤੇ ਇਹਨਾਂ ਵਿੱਚੋਂ ਇੱਕ ਸਾਡੇ ਨਾਲ ਉਹਦੇ ਜੀ ਉੱਠਣ ਦਾ ਗਵਾਹ ਹੋਵੇ ਇਹ ਜਿਹੜੀ ਜ਼ਿਕਰ ਹੈ ਨਾ ਯਹੂਦਾ ਸਕਰੂਤੀ ਦਾ ਇਹ ਜਿਹੜਾ ਜ਼ਬੂਰ 109 ਦੀ ਉਹਦੀ ਤੁਸੀਂ ਕਹਿ ਲਓ ਕਿ 6ਵੀਂ ਆਇਤ ਤੋਂ ਲੈ ਕੇ 19 ਆਇਤ ਇਹ ਯਹੂਦਾ ਸਕਰੂਤੀ ਦੇ ਬਾਰੇ 'ਚ ਪਵਿੱਤਰ ਆਤਮਾ ਨੇ ਪਹਿਲੇ ਲਿਖਾਇਆ ਅਤੇ ਜ਼ਬੂਰ 69 ਯਾਨੀ 69 ਠੀਕ ਹੈ ਉਹਦੀ 24-28 ਦੇ ਵਿੱਚ ਇਹ ਇੱਕ ਭਵਿੱਖਬਾਣੀ ਸੀ ਕਿ ਯਹੂਦਾ ਸਕਰੂਤੀ ਨੇ ਇਹ ਕੰਮ ਕਰਨਾ ਨਾ ਇੱਥੇ ਨਹੀਂ ਦੱਸਿਆ ਗਿਆ ਉੱਥੇ ਫਿਰ ਦੱਸਿਆ ਗਿਆ ਅਤੇ ਉਹ ਪਤਰਸ ਕਹਿਣ ਲੱਗਾ ਓ ਹੋ ਹੁਣ ਅਸੀਂ ਸਮਝੇ ਹਾਂ ਕਿ ਪਵਿੱਤਰ ਆਤਮਾ ਨੇ ਦਾਊਦ ਦੀ ਜ਼ੁਬਾਨੀ ਯਹੂਦਾ ਸਕਰੂਤੀ ਲਈ ਆਹ ਪ੍ਰਾਪਸੀ ਕੀਤੀ ਸੀ ਠੀਕ ਹੈ ਸੋ ਇਹ ਸਾਡਾ ਸਬਜੈਕਟ ਨਹੀਂ ਲੇਕਿਨ ਫਿਰ ਵੀ ਇੱਥੇ ਅਤੇ ਲੇਕਿਨ ਚੂੰਕਿ ਉਹ ਅੱਗੇ ਦੇਖ ਲਓ ਉਹ ਉਹਨੇ ਭਾਈ ਆਪਣੇ ਆਪ ਨੂੰ ਦੇ ਦਿੱਤੀ ਫਾਂਸੀ ਲੈ ਕੇ ਹਾਂਜੀ ਤਦ ਉਹਨਾਂ ਨੇ ਦੋਹਾਂ ਨੂੰ ਖੜਾ ਕੀਤਾ ਕਿ ਇੱਕ ਕਿਹੜੇ ਇੱਕ ਇਹ ਦੋਵਾਂ ਵਿੱਚੋਂ ਇੱਕ ਚੁਣਨਾ ਸੀ ਤਾਂ ਕਿ ਉਹ ਯਹੂਦਾ ਸਕਰੂਤੀ ਦੀ ਜਿਹੜੀ ਵਜ੍ਹਾ ਨਾਲ ਇਹ ਜਿਹੜੀ ਡਿਸਆਰਡਰ ਹੋ ਗਿਆ ਸੀ ਨਾ ਮੁਕੰਮਲ ਇੱਕ ਸੀ ਉਹਨੂੰ ਪੂਰਾ ਕੀਤਾ ਜਾਏ ਹਾਂਜੀ ਇਹ ਖੜਾ ਕੀਤਾ ਇੱਕ ਯੂਸਫ ਜਿਹੜਾ ਬਰਨਾਬਾਸ ਕਹਾਉਂਦਾ ਸੀ ਜਿਹਦਾ ਉਪਨਾਮ ਯੂਸਤੁਸ ਸੀ ਦੂਜਾ ਮਥਿਆਸ ਅਤੇ ਪ੍ਰਾਰਥਨਾ ਕਰਕੇ ਆਖਿਆ ਕਿ ਹੇ ਪ੍ਰਭੂ ਤੂੰ ਜੋ ਸਭਨਾਂ ਦਾ ਅੰਤਰਜਾਮੀ ਹੈ ਵਿਖਾਲ ਕੇ ਇਹਨਾਂ ਦੋਹਾਂ ਵਿੱਚੋਂ ਤੂੰ ਕਿਸ ਨੂੰ ਚੁਣਿਆ ਹੈ ਜੋ ਇਹ ਸੇਵਾ ਅਤੇ
रसूल पने दी ओ जगह लवे जिस तो यहूदा ठीक डिगया कि ओ अपनी निज थां नू जाए। क्योंकि देखो ये 12 जड़ा है सॉरी ये जरूरी सी सो असी 11 च देख रहे सां कि नामुकम्मल है यानी इनकम्प्लीट हो गया या डिसऑर्डर हो गया या बेतरतीबी हो गई। उन्हों तरतीब लियान ली बहुत जरूरी सी क्योंकि हैकल जड़ी आएगी ना उतो उदे विच 12 दरवाजे ने ते ए इना 12 रसूलां दे भी नाम लिखे दे ने है ना एक एक पढ़ ले जड़ा है ना सो इसलिए ए जरूरी सी ते इहदा मतलब ए वे के ए फिर देखो हर गल च पवित्र आत्मा सानू गाइड करी जा रहा इसलिए साढ़े को एक देखो ना ये जदों भी कोई केस होंदा है ना तो उदो लोग कहते जी ये फलानी जगह यह फैसले हुए देने कानून दे मुताबिक तो ये भी साढ़े को एक है कि फर्ज किया कि असी किसे काम लई खुदावन दे काम लई 11 चुन रहे हैं तो साढ़े को एक एग्जाम्पल है ते वाई नॉट 12 चुन लिए क्योंकि साढ़े को लोदा एक एविडेंस है ना सो इसलिए ये मेरा मतलब है कि गल हैगी है ये जड़े ना ना असल देखा जाए ये जड़े सिनेगॉग ने अबादत खाने एक ते टेंपल होंदी है ना वो ते यहूदियों की है ही नहीं हुण सिनेगॉग्स ने ना सिनेगॉग्स विच ओ 13 लोग खिदमत लई चुन लैंदे अच्छा 13 चुनते हैं है ना हूँ 13 नंबर समटाइम्स असी कहने यार 13वां नंबर नहीं ठीक है ना एवं अच्छा, भी एक हालांकि बाइबल इस ते नहीं गा है ना लेकिन वो सिनेगॉग चो फिर इस तरीके नाल अपना जड़े के वो सिनेगॉग नू चलाण लई वो मदद करते हैं फाइनैंशली होर अरेंजमेंट्स लई क्योंकि यरूशलम विच हैकल तो एक सी पर उदे इर्द गिर्द कोई 300 कुछ सन सिनेगॉग इबादत खाने सो ये उन्हों का ज्यूज द मैनू नहीं पता कि वह तोरा दे वेच या उदे वेच ये कुछ उन्हों का होएगा क्योंकि वो देखो यसू भी ज्यूज ये सारा सिस्टम तो लिंक्ड उतो ही है तो ये होर कोई 11 दे वेच की कह सकने हैं ਇਹਦਾ ਮਤਲਬ ਹੈ 11 ਨੰਬਰ ਸਾਨੂੰ ਕਿਧਰੇ ਨਜ਼ਰ ਆ ਜਾਏ ਤੇ ਇਹਦਾ ਮਤਲਬ ਹੈ ਕਿ ਇਨਕੰਪਲੀਟ ਹੈ ਸਾਨੂੰ ਦੇਖਣਾ ਹੈ ਕਿ ਕੀ ਸਾਡੀ ਸਿਚੁਏਸ਼ਨ ਹੈ ਉਹਦੇ 'ਚ ਰੱਬ ਦੱਸ ਰਿਹਾ ਕਿ ਕੁਛ ਇੰਪਰੂਵਮੈਂਟ ਦੀ ਲੋੜ ਹੈ ਤੁਹਾਨੂੰ ਕੁਛ ਹੈ ਨਾ ਸੋ ਕੋਈ ਵੀ ਸੀਨ ਹੋ ਸਕਦਾ ਹੈ ਠੀਕ ਹੈ ਠੀਕ ਹਾਂਜੀ ਠੀਕ ਹੈ ਜੀ ਆਪਾਂ ਇੱਥੇ ਫਿਨਿਸ਼ ਕਰੀ ਜੀ ਮਤਲਬ ਅਗਰ 12 ਨੰਬਰ ਦਿਸੇ ਤਾਂ ਮਤਲਬ ਕਿ ਸਾਨੂੰ ਲੱਭਣਾ ਚਾਹੀਦਾ 11 ਸੌਰੀ 11 ਹਾਂਜੀ ਸਾਨੂੰ ਲੱਭਣਾ ਚਾਹੀਦਾ ਬਈ ਕੋਈ ਕਮੀ ਹੈ ਕਮੀ ਪੇਸ਼ੀ ਹੈ ਕੋਈ ਕਮੀ ਹੈ ਯਾਨੀ ਕਿ ਨਾ ਮੁਕੰਮਲ ਹੈ ਉਹ ਚੀਜ਼ ਕੰਪਲੀਟ ਨਹੀਂ ਹੈ ਹਾਲਾਂ ਤੁਸੀਂ ਕੋਈ ਕੰਮ ਨੂੰ ਸ਼ੁਰੂ ਨਾ ਕਰੋ ਜਿੰਨੀ ਦੇਰ ਤੱਕ ਹੈ ਨਾ ਇਸ ਤਰ੍ਹਾਂ ਦਾ ਪੂਰੀ ਤਿਆਰੀ ਨਹੀਂ ਹੈ ਪੂਰੀ ਤਿਆਰੀ ਨਹੀਂ ਹੈ ਜਾਂ ਕੋਈ ਵੀ ਸਿਚੁਏਸ਼ਨ ਹਾਲਾਤ ਦੇ ਬਾਰੇ ਬਹੁਤ ਥੈਂਕ ਯੂ ਪਰਮੇਸ਼ਰ ਪਿਤਾ ਜੋ ਕੁਛ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ ਸਮਝਿਆ ਗਿਆ ਉਹ ਸਾਡੇ ਅੰਦਰ ਵਸੇ ਬੱਚਿਆਂ ਨੂੰ ਯਿਸੂ ਤੇਰੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ ਪਰਮੇਸ਼ਰ ਪਿਤਾ ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ।